ਉਧਰ ਕੈਲੀਫੋਰਨੀਆ ਦੀ ਇੱਕ ਔਰਤ ਨੂੰ ਮੈਕਡੋਨਲਡ ਦੇ ਇੱਕ ਪ੍ਰਬੰਧਕ ਨੂੰ ਕੁੱਟਣ ਅਤੇ ਉਸਦਾ ਗਲਾ ਦਬਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਅਸਲ ਵਿੱਚ ਮਹਿਲਾ ਨੇ ਮੈਕਡੋਨਲਡ ਤੋਂ ਖਾਣੇ ਦੇ ਕਿਸੇ ਸਮਾਨ ਦਾ ਆਰਡਰ ਕੀਤਾ ਸੀ ਅਤੇ ਉਸ ਵਿੱਚ ਲੋੜੀਂਦੀ ਮਾਤਰਾ ਵਿੱਚ ਕੈਚਅਪ ਨਹੀਂ ਸੀ। ਇਸੇ ਗੱਲ ਤੋਂ ਨਾਰਾਜ਼ ਮਹਿਲਾ ਨੇ ਪ੍ਰਬੰਧਕ 'ਤੇ ਹਮਲਾ ਕਰ ਦਿੱਤਾ। ਮਾਇਰਾ ਬਿਰਨਿਸ ਗਾਲੋ ਨਾਮ ਦੀ 24 ਸਾਲਾ ਮਹਿਲਾ ਨੇ ਅਕਤੂਬਰ ਨੂੰ ਮੈਕਡੋਨਲਡ ਤੋਂ ਡਰਾਈਵ ਥਰੂ ਜ਼ਰੀਏ ਸੈਂਟਾ ਐਨਾ ਸ਼ਹਿਰ ਵਿੱਚ ਖਾਣੇ ਦਾ ਸਮਾਨ ਦਾ ਆਰਡਰ ਕੀਤਾ ਸੀ। ਪੁਲਿਸ ਦੇ ਇੱਕ ਬੁਲਾਰੇ ਐਂਥਨੀ ਨੇ ਏਜੰਸੀ ਨੂੰ ਦੱਸਿਆ ਕਿ ਨਾਰਾਜ਼ ਗਾਲੋ ਨੇ ਰੈਸਟੋਰੈਂਟ ਵਿੱਚ ਦਾਖਲ ਹੋ ਕੇ ਮੈਨੇਜਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਉਸਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ। ਬਟ ਕਾਨਾ ਨੇ ਦੱਸਿਆ ਕਿ ਉਹ ਗੁੱਸੇ ਵਿੱਚ ਸੀ ਕਿਉਂਕਿ ਉਸਨੂੰ ਕੈਚਅਪ ਨਹੀਂ ਮਿਲਿਆ ਸੀ। ਉਹਨਾਂ ਦੱਸਿਆ ਕਿ ਮਹਿਲਾ ਨਾਲ ਆਏ ਪੁਰਸ਼ ਨੇ ਦਖਲ ਦੇ ਕੇ ਉਸਨੂੰ ਉੱਥੋਂ ਹਟਾਇਆ। ਇਹ ਸਾਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਅਤੇ ਹੁਣ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।